इस टैंपल दे आपां इतिहास की गल करिए तो कहिंदे भी एक सती माता सी जिहड़े कि माँ पार्वती का रूप सी तां उन्हां दे कहिंदे जदों 52 टुकड़े होए सी ना इतिहास के अकॉर्डिंग तां उह जिहड़ियां जिहड़ियां थावां दे उत्ते टुकड़े डिगे सी तां उह थावां दे उत्ते शक्तिपीठ बन गए सी। मत सवेर का टाइम है जी 4:30 बजे का। इस टाइम असीं बाई मनदीप सिंह होरां दे घर बैठे हाँ ते उह बाई मैनूं एयरपोर्ट ते छड्डन चले नी क्योंकि आप नॉर्थ ईस्ट का जिहड़ा टूर आ उह विच विचाले छड्ड के पंजाब चले हाँ। मेरी हुण फ्लाइट आ 2 घंटिआं बाद ਅਤੇ ਨੌਰਥ ਈਸਟ ਦੇ ਟੂਰ ਨੂੰ ਵਿੱਚ ਵਿਚਾਲੇ ਛੱਡਣ ਦਾ ਕਾਰਨ ਇਹ ਆ ਕਿ ਕੱਲ੍ਹ ਫਿਰ ਮੈਂ ਬਾਈ ਹੋਰਾਂ ਨੂੰ ਫੋਨ ਕੀਤਾ ਅਤੇ ਬਾਈ ਹੋਰੇ ਕਹਿੰਦੇ ਵੀ ਜੀ ਆਇਆਂ ਨੂੰ। ਅਸਲ ਦੇ ਵਿੱਚ ਮੈਂ ਆਪਦਾ ਮੋਟਰਸਾਈਕਲ ਇਹਨਾਂ ਦੇ ਘਰ ਖੜਾ ਕੇ ਨੌਰਥ ਈਸਟ ਵਾਲਾ ਟੂਰ ਵਿੱਚ ਵਿਚਾਲੇ ਛੱਡ ਕੇ ਪੰਜਾਬ ਨੂੰ ਚੱਲੇ ਹਾਂ। लो जी 31 साल पुराने रेस्टोरेंट के प्रशादा छकन तो बाद हुण आपां चले आ जी चाह पीण। रात गुहाटी मीह पै के हटिया, सवेरे भी किणमिण होई जांदी सी, 9-10 बजे मीह हटिया। मैनूं तां इही सुणन च आया क्योंकि आप मैं 11:30 बजे उठिया ते फिलहाल 12:30 बजे का टाइम हो गया ते सीधा प्रशादा छकिया ते हुण इत्थे इक चाह दी दुकान आ वधिया जी, तां असीं इत्थे चाह पी के गए हां। वाहिगुरू जी का खालसा, वाहिगुरू जी की फतेह। वीडियो देख रहे सारे सज्जना मित्रां नूं सत श्री अकाल जी, गुड मॉर्निंग हो गई है। तो एक बार फिर असं गुहाटी के आ गए हाँ। पहला मैं थोड़ा निकी जी अपडेट दे दाँ भी पहला अपना सी प्रोग्राम नागालैंड घूमन का, तो फिर उदू बाद सोचा मैं चल पहला मेघालय घूमते हैं, पर नागालैंड भी रह गया तो मेघालय भी रह गया। तो हुण मैनू यह दसना पै रहा कि नॉर्थ ईस्ट छड्ड के आपां हुण पंजाब नूं जा रहे हैं वापस, तो उहदे बारे सारी गलबात करांगे। फिलहाल आपां गुहाटी शहर के बैठे हैं तो जदों गुहाटी शहर के मैं आना ना तो मैनू आपकी मोटरसाइकिल की टैंकी से पिया हुआ चिब याद आ जाता क्योंकि पहली बार जिहड़ा चिब पिया सी गुहाटी जी मैनू पता लग्या सी भी ਤੁਹਾਡੇ ਮੋਟਰਸਾਈਕਲ ਤੇ ਭਾਈ ਡੈਂਟ ਪੈ ਗਿਆ। ਆਪਦੇ ਹੋਸਟਲ ਚੋਂ ਨਿਕਲੇ ਆ, ਪ੍ਰਸ਼ਾਦਾ ਪਾਣੀ ਛਕਿਆ, ਇੱਥੇ ਇੱਕ ਚਾਹ ਵਾਲੀ ਦੁਕਾਨ, ਇੱਥੇ ਚਾਹ ਪੀ ਕੇ ਉਸ ਤੋਂ ਬਾਅਦ ਆਪਾਂ ਚੱਲੇ ਆ ਜੀ ਹੁਣ ਕਾਮਖਿਆ ਦੇਵੀ ਟੈਂਪਲ ਦੇ ਦਰਸ਼ਨ ਕਰਨ ਵਾਸਤੇ। ਤੇ ਜਿਹੜਾ ਬਾਈ ਵੀਡੀਓ ਬਣਾ ਰਿਹਾ ਇਹ ਹੈਗਾ ਜੀ ਭਵੇਸ਼ ਛੱਤੀਸਗੜ੍ਹ ਤੋਂ, ਤੁਸੀਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਤੇ ਇਹ ਬਾਈ ਵੀ ਮੈਨੂੰ ਅੱਜ ਕੰਪਨੀ ਦੇ ਰਿਹਾ। ਉੱਥੋਂ ਦੇ ਆਪਾਂ ਟੈਂਪਲ ਦੇ ਦਰਸ਼ਨ ਕਰਾਂਗੇ ਤੇ ਮਾੜਾ ਮੋਟਾ ਸ਼ਹਿਰ ਦਿਖਾਵਾਂਗੇ, ਉਦੋਂ ਬਾਅਦ ਨੌਰਥ ਈਸਟ ਦਾ ਟ੍ਰਿਪ ਛੱਡ ਕੇ ਮੈਨੂੰ ਵਾਪਸ ਕਿਉਂ ਜਾਣਾ ਪੈ ਰਿਹਾ ਉਹ ਵੀ ਦੱਸਾਂ ਕਿਉਂਕਿ ਕੱਲ੍ਹ ਨੂੰ ਮੇਰੀ ਇੱਥੋਂ ਫਲਾਈਟ ਆ ਜੀ ਪੰਜਾਬ ਦੀ ਅੰਮ੍ਰਿਤਸਰ ਦੀ। ਤੇ ਫਿਲਹਾਲ ਚਾਹ ਪੀ ਲਈਏ ਫਿਰ ਕਰਦੇ ਹਾਂ ਗੱਲਾਂ ਬਾਤਾਂ ਸ਼ੇਅਰ। ਆ ਗਈ ਚਾਹ, ਇਹ ਆ ਚਾਹ ਜਿਹੜੀ ਹੈਗੀ ਹੈ ਗੁੜ ਵਾਲੀ ਚਾਹ ਯਾਰ, ਬਾਈ ਚਾਹ ਵਧੀਆ ਬਣਾਉਂਦੇ ਨੇ। ਰਾਤ ਇਹਨਾਂ ਕੋਲ ਅਸੀਂ ਚਾਹ ਪੀ ਕੇ ਗਏ ਹਾਂ। 380 ਇਹਨਾਂ ਦੀਆਂ ਬ੍ਰਾਂਚਾਂ ਨੇ ਅਤੇ ਇੰਡੀਆ ਦੀਆਂ 10 ਸਟੇਟਸ ਦੇ ਵਿੱਚ, ਅਤੇ ਕਾਫੀ ਮਸ਼ਹੂਰ ਚਾਹ ਵਾਲਾ ਗੱਲਬਾਤ ਹੈ ਇਹਦੀ। ਅਤੇ ਬਹੁਤ ਜ਼ਿਆਦਾ ਭੀੜ ਆ ਯਾਰ ਕਿਉਂਕਿ ਦੁਰਗਾ ਪੂਜਾ ਦਾ ਟਾਈਮ ਚੱਲ ਰਿਹਾ। ਫਿਲਹਾਲ ਜਦੋਂ ਤੱਕ ਇਹ ਵੀਡੀਓ ਆਉਣੀ ਆ ਉਦੋਂ ਤੱਕ ਦੁਰਗਾ ਪੂਜਾ ਵੀ ਸ਼ਾਇਦ ਲੰਘ ਗਈ ਹੋਵੇ। ਲਓ ਜੀ ਆਪਣੇ ਹੋਸਟਲ ਤੋਂ 11 ਕਿਲੋਮੀਟਰ ਸੀ ਅਤੇ ਆਪਾਂ ਨੂੰ 45 ਮਿੰਟ ਲੱਗੇ ਨੇ, ਆਪਾਂ ਪਹੁੰਚ ਗਏ ਹਾਂ। ਉੱਪਰ ਲਿਖਿਆ ਹੋਇਆ ਮਾਂ ਕਮੱਖਿਆ ਦੇਵਾਲਿਆ ਮੇਂ ਆਪਕਾ ਹਾਰਦਿਕ ਸਵਾਗਤ ਹੈ। ਇੱਥੋਂ ਬਾਉਂਡਰੀ ਸ਼ੁਰੂ ਹੋ ਗਈ, ਇੱਥੇ ਆਲੇ ਦੁਆਲੇ ਸਾਰੀਆਂ ਦੁਕਾਨਾਂ ਅਤੇ ਹੋਟਲ ਹੋਸਟਲ ਨੇ ਕਿਉਂਕਿ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਪਹੁੰਚਦੇ ਨੇ। ਉੱਪਰ ਪਾਰਕਿੰਗ ਵੈਸੇ ਬਕਾਇਦਾ ਬਣੀ ਹੋਈ ਆ, ਬੂਟ ਬਾਟ ਜਮ੍ਹਾਂ ਕਰਾਉਣ ਵਾਸਤੇ ਲੋਕਰ ਬਣੇ ਹੋਏ ਨੇ, ਪਰ ਫਿਰ ਵੀ ਹੋਸਟਲ ਵਾਲੇ ਸਾਨੂੰ ਬੰਦੇ ਨੇ ਕਿਹਾ ਕਹਿੰਦਾ ਵੀ ਉੱਥੇ ਚੀਜ਼ਾਂ ਬਹੁਤ ਚੋਰੀ ਹੋ ਜਾਂਦੀਆਂ ਨੇ ਕਿਉਂਕਿ ਭਾਂਤ ਭਾਂਤ ਦੀ ਦੁਨੀਆ ਆਉਂਦੀ ਹੈ ਇੱਥੇ, ਅੱਧੇ ਤਾਂ ਆ ਹੀ ਇਸੇ ਕੰਮ ਨੂੰ ਹੁੰਦੇ ਨੇ, ਤਾਂ ਵੀ ਆਪਦੀਆਂ ਚੀਜ਼ਾਂ ਨੂੰ ਲੋਕ ਲੂਕ ਲਾ ਕੇ ਰੱਖਿਓ। ਸਾਹਮਣੇ ਪਾਸੇ ਇੱਧਰ ਪਾਰਕਿੰਗ ਸੀ, ਪਾਰਕਿੰਗ ਦੇ ਵਿੱਚ ਆਪਾਂ ਮੋਟਰਸਾਈਕਲ ਲਾਤਾ ਅਤੇ 1 ਘੰਟੇ ਦੇ 10 ਰੁਪਏ ਲੱਗਦੇ ਨੇ, 1 ਘੰਟੇ ਤੋਂ ਬਾਅਦ ਜਦੋਂ ਟਾਈਮ ਸ਼ੁਰੂ ਹੋ ਗਿਆ ਫਿਰ ਉਦੋਂ 5 ਰੁਪਏ ਲੱਗਣਗੇ। ਸਾਹਮਣੇ ਇੱਧਰਲੇ ਪਾਸੇ ਮੰਦਰ ਆ, ਪਾਰਕਿੰਗ ਵਾਲਾ ਮੈਨੂੰ ਰਾਹ ਯਾਦ ਸੀ, ਮੈਂ ਸਿੱਧਾ ਫਿਰ ਇੱਧਰ ਹੀ ਆ ਗਿਆ। ਵੈਸੇ ਤਾਂ ਤੁਹਾਨੂੰ ਥਾਂ ਥਾਂ 'ਤੇ ਦੁਕਾਨਾਂ ਵਾਲੇ ਆਵਾਜ਼ਾਂ ਮਾਰੀ ਜਾਣਗੇ ਵੀ ਸਾਡੇ ਕੋਲ ਇੱਥੇ ਤੁਸੀਂ ਆਪਦੇ ਜੁੱਤੇ ਜਮ੍ਹਾਂ ਕਰਾ ਦਿਓ ਅਤੇ ਪ੍ਰਸ਼ਾਦ ਸਾਡੇ ਕੋਲੋਂ ਲੈ ਜਾਓ, ਪਰ ਇੱਧਰਲੇ ਪਾਸੇ ਇੱਕ ਸਰਕਾਰੀ ਲੋਕਰ ਰੂਮ ਬਣਿਆ ਹੋਇਆ, ਇੱਥੇ ਤੁਸੀਂ ਆਪਦੇ ਕੈਮਰੇ ਬਟੂਏ ਪਰਸ ਕੁਛ ਵੀ ਰੱਖਣਾ ਉਹ ਵੀ ਰੱਖ ਸਕਦੇ ਹੋ, ਆਪਦੇ ਬੂਟ ਰੱਖਣੇ ਬੂਟ ਵੀ ਰੱਖ ਸਕਦੇ ਹੋ। ਠੀਕ ਆ, ਅਤੇ ਹੁਣ ਉੱਪਰ ਚੱਲਦੇ ਹਾਂ, ਪਹਿਲਾਂ ਬੂਟ ਜਮ੍ਹਾਂ ਕਰਾ ਦਈਏ ਅਤੇ ਸਮਾਨ ਤਾਂ ਆਪਾਂ ਕੀ ਰੱਖਣਾ ਸਾਰਾ ਨਾਲ ਹੀ ਲੈ ਕੇ ਜਾਣ ਵਾਲਾ ਹੈ ਤਾਂ। ਇੱਧਰਲੇ ਪਾਸੇ ਸਾਰੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਨੇ, ਮੇਨ ਇੱਥੇ ਪ੍ਰਸ਼ਾਦ ਮੈਂ ਦੇਖਿਆ ਵੀ ਹਰੇਕ ਦੁਕਾਨ ਦੇ ਉੱਤੇ ਨਾ ਪੇੜੇ ਪਏ ਨੇ, ਜਿਹੜੇ ਖੋਏ ਵਾਲੇ ਪੇੜੇ ਨਹੀਂ ਹੁੰਦੇ ਆ ਦੇਖੋ, ਹੈ ਨਾ, ਇੱਧਰ ਵੀ। ਬਾਕੀ ਡਰਾਈ ਫਰੂਟ ਲੱਡੂ ਵਗੈਰਾ ਤਾਂ ਚਲੋ ਸਾਰੇ ਕਿਤੇ ਹੁੰਦੇ ਹੀ ਹੁੰਦੇ ਨੇ, ਆਹ ਦੁਕਾਨ 'ਤੇ ਦੇਖੋ ਤੁਸੀਂ ਇੱਥੇ ਵੀ ਪੇੜੇ ਪਏ ਨੇ।
तो हरेक थान की अलग अलग मान्यता होंगी है भी ये थान के उत्ते चढ़ता ये थान के उत्ते चढ़ता। वैसे इतने मेन तो बकरे की बली होंगी है ना, बाकी जो शुद्ध कोई शाकाहारी होंगे वह भाई भेड़ा भी चढ़ा सकता। तो सवेरे कहते जो ये कबाड़ खुलते हैं जब मंदिर के पूजा होंगी आरती होंगी है तो बकरे की बली मैंडेटरी है देनी। तो उस तो अलावा आ जो कबूतर फिरते ना कबूतर की बली भी इतने दिती जाती है। जिमें शिवजी भगवान के 12 ज्योतिरलिंग मने गए ना इंडिया के है भी ने मंदिर तो उमें इतने मतलब भी यह एक शक्तिपीठ है बहुत व्डा। हिंदू धर्म वाले जिहड़े वीर भैन भरा सानू देखते हैं उन्होंने ये चीज़ की वध नॉलेज होगी, पर मैं जिन्ना क सुनिया मैं वो बारे वो अकॉर्डिंग सूँ दस रहा। इधर भी एक मंदिर बनया होया ते बहुत सोहना तैयार किया होया, पत्ते पुत्ते ला के ते हरा हरा तैयार किया होया। सारा यह दुर्गा पूजा दी तैयारियां चल रही ने। तो इस मंदिर की गल करिए कहा जाता भी 5000 साल के नेड़े तेड़े यह पुराना मंदिर आ। इधर भी छोटिया छोटिया होर मूर्तियां बनिया हुई ने। तो हुण तुहानू मैं कबूतर दिखा दा भाई, कबूतरां दी भी कहिंदे बली दित्ती जांदी आ। इत्थे कबूतरां दे भी रंग लग्या होया। तो बाकी सुणन दे विच इह आया भी जिहड़ा इह मंदिर आ ना जदों इत्थे मेला भरदा तां दुनिया भर तों जिहड़े वड्डे वड्डे तांत्रिक ने काला जादू करन वाले जां होर है ना उह भी इत्थे आउंदे ने। ठीक आ, उह मतलब ऐ नहीं भी उह किसे नूं डर करा डराउंदे ने जां किवें भी, पर उहनां कोल बहुत ज़्यादा शक्तियां होंदियां ने। तुसीं गूगल ते भी सर्च करोगे ना भी इह जिहड़े तांत्रिक वाले बाबे ने उन्हां दा इह गढ़ आ मेन स्थान आ इह, ते इत्थे इह आउंदे ही आउंदे ने जदों वड्डे लैवल ते मेला भरदा। बाकी इधरले पासे जिहड़ा थमला जिहा बनाया होया इह नारियल भन्नण वास्ते आ। इधरले पासे लोग जोतां चला रहे ने, धूफ बत्ती कर रहे ने, एक पॉइंट बनया होया है ना। फिलहाल मंदिर हजे अंदरों बंद आ, इहदा कोई टाइमिंग हुंदी होणी अंदर दर्शन करन वास्ते, पर दर्शन करन वास्ते भी तुहानूं कूपन लैणा पैंदा, इक टोकन लैणा पैंदा। इस टैंपल दे आपां इतिहास की गल करिए कहिंदे भी एक सती माता सी जिहड़े कि माँ पार्वती दा रूप सी, तां उन्हां दे कहिंदे जदों 52 टुकड़े होए सी ना इतिहास दे अकॉर्डिंग, तां उह जिहड़ियां जिहड़ियां थावां दे उत्ते टुकड़े डिगे सी तां उह थावां दे उत्ते शक्तिपीठ बन गए सी। मतलब इंडिया दे विच टोटल 52 शक्तिपीठ ने, ते उन्हां दे विचों इह भी एक बहुत प्रसिद्ध शक्तिपीठ आ। ते इस थां दे उत्ते उन्हां दा कहा जांदा कि प्राइवेट पार्ट डिग्गिया सी, ते उन्हां दे प्राइवेट पार्ट दी फिर इस मंदिर दे विच पूजा हुंदी आ। होर इनफॉर्मेशन चाहिए भाई वो वास्ते तुसी गूगल कर लियो है ना। इधरले पासे बकरे ने सारे बली चढ़ाने वास्ते, कितने कितने यह भी सुना भी बकरा तुसी इतों खरीद के ना जे तुसी चाहुंदे हो भी बली नहीं देनी तो तुसी इहनू फ्री भी कर सकते हो इन्हां कोलों खरीद के। इधरले पासे एक तालाब भी बनया होया, अपने नाल भवेश भाई आ छत्तीसगढ़ तो, उन्हें मैनू दस्या भी यह पवित्र पानी है जी। तो जे किसी के घर कोई संतान नहीं होंदी कोई बच्चा नहीं होंदा तो इस मंदिर दे विच आके पूजा करवाओ तो इत्थे इशनान करके जाओ, तो कहिंदा उन्होंने जिहड़े वह भी दुख मतलब दूर हो जाते हैं, उन्होंने घर बच्चा भी हो जाता। हुण आपां मंदिर के अंदर चले हाँ। असल दे विच मंदिर दे विच तुसीं एंट्री करनी है या दर्शन करने तो वो वास्ते तुहानूं अलग तो कूपन लेना पैंदा, किसी थोड़ी फोटो खिंच के ला देंगे तो नाल दी नाल तुहानूं कूपन कढ के दे देंगे, पर इहदे कोई पैसे नहीं लगते फ्री आ बिल्कुल। कि अलग तो पैसे दे के भी जे तुसीं एंट्री करनी है छेती दर्शन करने ने रब दे छेती नेड़े जाना तां तुसीं माया चढ़ा के कूपन की थां ते तो तुहानूं एक टोकन नंबर दे देंगे जिहड़ा बिल्कुल सीधा तुहानूं अंदर टैंपल दे विच ले जूगा। उहदी एंट्री परले पासे होणी जिथे तुहानूं आपां बकरे बुकरे खड़े होए दिखाए सी जिहड़े मतलब नॉर्मल ने साडे वर्गे, इहनां वास्ते घट्टो घट्ट इह हैगी आ 500 मीटर की लाइन होनी। जिहड़ी लाइन च आपां खड़े हाँ इह हैगी आ जी इत्थों दी नॉर्मल लाइन, इतने सारे बंदे बैठे ने। परले पासे जी लाइन हैगी है जी वो है हैगी है VIP लाइन, उधरले पासे तुहानूं कुछ पैसे देने पैंदे ने 500-1000 रुपया, फिर तुसीं VIP लाइन के लग सकते हो। उधरले पासे दर्शन छेती हो जाते हैं, इधरले पासे कहिंदे बहुत टाइम लगता अद्धा पौना घंटा आपां हो गया। तो उधरले पासे बाकी AC भी चली जाते हैं, पखे पुखे भी लगे हुए हैं, इधरले पासे ना पखा ना AC। हलो जी, मंदिर के अंदरों दर्शन करके आप आ गए हैं। जिवें औंडा नागनाथ मंदिर बनया होया ना जिहड़ा भगत नामदेव जी ने घुमाया सी महाराष्ट्र दे विच बनया होया, उवें दा सी अंदरों पत्थरों भी लग्या होया पुराना पुराना 16वीं सेंचुरी दे विच इहनूं दुबारे एक बार रेनोवेट किया गया सी। ते बाकी अंदर सोने के कलश पए सी है ना, इह जिहा घट्टो घट्ट सानूं 1 घंटा लग गया। तो भाई भवेश इधरले पासे
ਭਾਜੀ ਦਰਸ਼ਨ ਕਰਕੇ ਆਪਾਂ ਆ ਗਏ ਆ ਤੇ ਇੱਥੇ ਇੱਕ ਬਣਿਆ ਹੋਇਆ ਵਿਊ ਪੁਆਇੰਟ ਇੱਥੋਂ ਤੁਹਾਨੂੰ ਅੱਧਾ ਗੁਹਾਟੀ ਸ਼ਹਿਰ ਦਿਖ ਜੂਗਾ ਸਾਰਾ ਤਾਂ ਨਹੀਂ ਦਿਖਦਾ ਆਪਾਂ ਬਹੁਤ ਟੀਸੀ ਤੇ ਹਾਈਟ ਤੇ ਖੜੇ ਆ ਕਿਉਂਕਿ ਘੱਟੋ ਘੱਟ ਮੈਨੂੰ ਲੱਗਦਾ ਵੀ ਆਪਾਂ 2 ਕਿਲੋਮੀਟਰ ਦੇ ਨੇੜੇ ਤੇੜੇ ਤਾਂ ਮੋਟਰਸਾਈਕਲ ਲੈ ਕੇ ਗਏ ਸੀ ਮੇਨ ਰੋਡ ਤੋਂ ਉਹ ਵੀ ਜਿਹੜੀਆਂ ਸੜਕ ਬਣੀ ਹੋਈ ਆ ਉਹ ਪੁਲ ਬਣਿਆ ਹੋਇਆ ਸੜਕ ਉਹਦੇ ਥੱਲੇ ਆ ਹੋਰ ਉਹ ਵੱਡਾ ਹਾਈਵੇ ਹੋਣਾ ਕੋਈ ਬਾਹਰੋਂ ਬਾਹਰ ਨਿਕਲਣ ਵਾਲਾ ਉਹ ਸਾਹਮਣੇ ਟ੍ਰੇਨ ਆ ਰਹੀ ਹੈ ਇੱਥੇ ਠੀਕ ਹੈ ਅਸੇ ਵੀ ਇੱਕ ਬ੍ਰਿਜ ਬਣ ਰਿਹਾ ਬ੍ਰਹਮਪੁੱਤਰਾ ਰਿਵਰ ਦੇ ਉੱਤੇ ਅਸਾਮ ਦੇ ਵਿੱਚ ਬਹੁਤ ਵੱਡੇ ਵੱਡੇ ਪੁਲ ਨੇ ਯਾਰ ਇੰਡੀਆ ਦਾ ਸਭ ਤੋਂ ਵੱਡਾ ਪੁਲ 9 ਕਿਲੋਮੀਟਰ ਦਾ ਉਹ ਵੀ ਇੱਥੇ ਅਸਾਮ ਦੇ ਵਿੱਚ ਹੀ ਬਣਿਆ ਹੋਇਆ ਉਹਦਾ ਕਾਰਨ ਇਹ ਹੈ ਕਿ ਬ੍ਰਹਮਪੁੱਤਰਾ ਨਦੀ ਆ ਤੇ ਬ੍ਰਹਮਪੁੱਤਰਾ ਨਦੀ ਯਾਰ ਬਹੁਤ ਜ਼ਿਆਦਾ ਚੌੜੀ ਆ ਤੇ ਗੁੱਡ ਮਾਰਨਿੰਗ ਜੀ ਅਗਲੇ ਦਿਨ ਦੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਗੁਹਾਟੀ ਦੀਆਂ ਸੜਕਾਂ ਤੇ ਇੱਕ ਵਾਰ ਫੇਰ ਤੇ ਕੱਲ ਵਾਲੀ ਵੀਡੀਓ ਨੂੰ ਇਸੇ ਵੀਡੀਓ ਦੇ ਨਾਲ ਆਪਾਂ ਅਟੈਚ ਕਰ ਦਾਂਗੇ ਫਿਲਹਾਲ ਸਭ ਤੋਂ ਪਹਿਲਾਂ ਆਪਾਂ ਕੁਝ ਖਾਣ ਪੀਣ ਚੱਲੇ ਹਾਂ ਪਿਓਰ ਵੈਜੀਟੇਰੀਅਨ ਮੈਂ ਸਰਚ ਮਾਰਿਆ ਬਾਅਦ ਦੇ ਵਿੱਚ ਮੇਰੇ ਯਾਦ ਆ ਗਿਆ ਕਿ ਸਾਊਥ ਇੰਡੀਅਨ ਫੂਡ ਖਾਂਦੇ ਆ ਯਾਰ ਸਾਊਥ ਇੰਡੀਅਨ ਫੂਡ ਵੀ ਬਹੁਤ ਹੈਲਦੀ ਹੁੰਦਾ ਤੇ ਇੱਥੇ ਸਾਹਮਣੇ ਹੈਗੇ ਨੇ ਚੇਨਈ ਕਿਚਨ ਵਾਲੇ ਇਹਨਾਂ ਕੋਲ ਆਪਾਂ ਖਾ ਲੈਂਦੇ ਹਾਂ ਜਿੱਥੇ ਹਰੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਨਾ ਪਿਓਰ ਸਾਊਥ ਇੰਡੀਅਨ ਫੂਡ ਤੇ ਵੈਜ ਮੈਂ ਕਿਹਾ ਇਹਨਾਂ ਕੋਲ ਡੋਸਾ ਖਾ ਲਈਏ ਉਹ ਪੰਛੀ ਪਰਦੇਸੀਆਂ ਤੇ ਟੁੱਟੇ ਹੋਏ ਤਾਰਿਆਂ ਨੂੰ ਕਿਹਨੇ ਕਦੋਂ ਗਲ ਲਾਇਆ ਦੱਸ ਦੇ ਵਿਚਾਰਿਆਂ ਨੂੰ ਬੜੀ ਵਾਰੀ ਗੱਲ ਬੜੀ ਵਾਰੀ ਗੱਲ ਸਮਝਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਤੁਰਾਈ ਦਿਲਾ ਮੇਰਿਆ ਜਿਹਦੇ ਪਿੱਛੇ ਹੋ ਗਏ ਹੋ ਛੁਦਾਈ ਦਿਲਾ ਮੇਰਿਆ ਉਹੀ ਚੀਜ਼ ਨਿਕਲੀ ਤੁਰਾਈ ਦਿਲਾ ਮੇਰਿਆ ਬਹੁਤ ਟ੍ਰੈਫਿਕ ਹੈ ਯਾਰ ਫਿਲਹਾਲ ਡੋਸਾ ਛਕਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਦਾ ਮੇਨ ਜਿਹੜਾ ਸੋਰਸ ਆ ਜੀ ਆਪਣੀ ਸਿਹਤ ਦਾ ਉਹ ਹੈਗਾ ਚਾਹ ਬਹੁਤ ਚਿਰ ਮੈਂ ਘਰ ਚਾਹ ਛੱਡੀ ਰੱਖੀ ਆ ਪਹਿਲਾਂ ਐਡੀ ਵੀ ਗੱਲ ਨਹੀਂ ਕੋਈ ਸ਼ਾਇਦ ਮੈਂ 2 ਮਹੀਨੇ ਘਰ ਰਿਹਾ ਤਾਂ 2 ਮਹੀਨਿਆਂ ਨੂੰ ਚਾਹ ਛੱਡੀ ਰੱਖੀ ਆ ਪਰ ਆਖਰੀ ਸਮੇਂ 'ਚ ਫਿਰ ਲੱਤ ਜੀ ਲੱਗ ਗਈ ਫਿਰ ਪੀਣ ਲੱਗ ਗਏ ਠੰਡ 'ਚ ਤਾਂ ਮੈਂ ਮੰਨਿਆ ਵੀ ਚਾਹ ਦੀ ਲੋੜ ਪੈਂਦੀ ਆ ਗਰਮੀ 'ਚ ਪਤਾ ਨਹੀਂ ਮੈਨੂੰ ਕਿਉਂ ਲੋੜ ਪੈਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਗੱਲ ਇਹ ਜੀ ਸ਼ਾਮ ਦਾ 7 ਵਜੇ ਦਾ ਟਾਈਮ ਆ ਅਤੇ ਗੁਹਾਟੀ ਦੀਆਂ ਸੜਕਾਂ 'ਤੇ ਇੱਕ ਵਾਰੀ ਫੇਰ ਆ ਗਏ ਇਸ ਟਾਈਮ ਮੇਰੇ ਕੋਲ ਸਾਰਾ ਸਾਜੋ ਸਮਾਨ ਪੈਕ ਆ ਮੇਰੇ ਮੋਟਰਸਾਈਕਲ ਦੇ ਉੱਤੇ ਕਿਉਂਕਿ ਆਪਾਂ ਚੱਲੇ ਹਾਂ ਜੀ ਬਾਈ ਮਨਦੀਪ ਸਿੰਘ ਹੋਰਾਂ ਦੇ ਘਰ ਜਿਹੜੇ ਕਿ ਸਾਡੇ ਪੁਰਾਣੇ ਜਾਣਕਾਰ ਨੇ ਜਦੋਂ ਅੱਜ ਤੋਂ ਮਤਲਬ 1.5 ਸਾਲ ਪਹਿਲਾਂ ਨੌਰਥ ਈਸਟ ਆਏ ਸੀ ਤਾਂ ਉਹਨਾਂ ਨੂੰ ਮਿਲੇ ਸੀ ਅਸੀਂ ਉਹਨਾਂ ਕੋਲ ਪ੍ਰਸ਼ਾਦਾ ਪਾਣੀ ਛਕਿਆ ਸੀ ਅਤੇ ਅੱਜ ਵੀ ਮੈਂ ਉਹਨਾਂ ਕੋਲ ਹੀ ਚੱਲਿਆ ਅਤੇ ਅੱਜ ਆਪਣਾ ਡਿਨਰ ਜਿਹੜਾ ਹੈਗਾ ਉਹਨਾਂ ਦੇ ਘਰ ਆ ਅਤੇ ਆਪਣਾ ਰਹਿਣ ਬਸੇਰਾ ਵੀ ਉਹਨਾਂ ਦੇ ਘਰ ਹੀ ਆ ਜਿੱਥੇ ਆਪਾਂ ਰੁਕੇ ਹੋਏ ਸੀ ਹੋਸਟਲ ਦੇ ਵਿੱਚ ਉੱਥੋਂ ਇਹ ਬਾਈ ਮਨਦੀਪ ਸਿੰਘ ਹੋਰਾਂ ਦਾ ਘਰ ਹੈਗਾ ਜੀ 18 ਕਿਲੋਮੀਟਰ ਦੇ ਨੇੜੇ ਤੇੜੇ ਅਤੇ ਆਪਾਂ ਨੂੰ ਪਹੁੰਚਦੇ ਪਹੁੰਚਦੇ ਉੱਥੇ ਲੱਗ ਜਾਣਾ 1.5 ਘੰਟਾ ਅਤੇ ਬਾਈ ਹੋਰੇ ਵੀ 7:30 ਵਜੇ ਵਿਹਲੇ ਹੋ ਜਾਣਗੇ ਅਤੇ 10-15 ਮਿੰਟ ਬਾਅਦ ਮੈਂ ਪਹੁੰਚ ਜੂੰਗਾ ਮਤਲਬ 1:15 ਵਜੇ ਤੱਕ ਮੈਂ ਪਹੁੰਚ ਜੂੰਗਾ ਲਓ ਜੀ ਬਾਈ ਹੋਰਾਂ ਦੇ ਫਲੈਟਾਂ 'ਚ ਆਪਾਂ ਪਹੁੰਚ ਗਏ ਹਾਂ ਪਾਰਕਿੰਗ ਤਾਂ ਮੈਨੂੰ ਯਾਦ ਨਹੀਂ ਹੁਣ ਇੱਥੇ ਲਾ ਦਈਏ ਕਿਹੜਾ ਬਾਈ ਹੋਰੇ ਕਹਿੰਦੇ ਮੈਂ ਆਪ ਆ ਰਿਹਾ ਥੱਲੇ ਸਵੇਰ ਦਾ ਟਾਈਮ ਹੈ ਜੀ 4:30 ਵਜੇ ਦਾ ਇਸ ਟਾਈਮ ਅਸੀਂ ਬਾਈ ਮਨਦੀਪ ਸਿੰਘ ਹੋਰਾਂ ਦੇ ਘਰ ਬੈਠੇ ਹਾਂ ਅਤੇ ਉਹ ਬਾਈ ਮੈਨੂੰ ਏਅਰਪੋਰਟ 'ਤੇ ਛੱਡਣ ਚੱਲੇ ਨੇ ਕਿਉਂਕਿ ਆਪਾਂ ਨੌਰਥ ਈਸਟ ਦਾ ਜਿਹੜਾ ਟੂਰ ਆ ਉਹ ਵਿੱਚ ਵਿਚਾਲੇ ਛੱਡ ਕੇ ਪੰਜਾਬ ਚੱਲੇ ਹਾਂ ਕਿਉਂਕਿ ਹੁਣ ਫਲਾਈਟ ਆ 2 ਘੰਟਿਆਂ ਬਾਅਦ ਅਤੇ ਨੌਰਥ ਈਸਟ ਦੇ ਟੂਰ ਨੂੰ ਵਿੱਚ ਵਿਚਾਲੇ ਛੱਡਣ ਦਾ ਕਾਰਨ ਇਹ ਆ ਕਿ ਬਹੁਤ ਖੁਸ਼ੀ ਹਿਰਦੇ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਕਿ ਮੇਰੇ ਸਕੇ ਮਾਮੇ ਦੇ ਮੁੰਡੇ ਦਾ ਵਿਆਹ ਅਤੇ ਉਹ ਵਿਆਹ ਨੂੰ ਮੈਂ ਭੁਗਤਾਉਣ ਚੱਲਿਆ ਅਤੇ ਇਹੀ ਇੱਕ ਰੀਜ਼ਨ ਸੀ ਕਿ ਮੈਂ ਬਾਹਰਲੇ ਦੇਸ਼ਾਂ ਦਾ ਟੂਰ ਨਹੀਂ ਕਰ ਸਕਿਆ ਇਸ ਵਾਰ ਮੇਰੇ ਕੋਲ ਵੀਜ਼ੇ ਵੀ ਹੈਗੇ ਸੀ ਲਓ ਜੀ ਸਵੇਰ ਦਾ 4:30 ਵਜੇ ਦਾ ਟਾਈਮ ਆ ਅਤੇ ਇਸ ਵੀਡੀਓ ਨੂੰ ਵੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕੰਟੀਨਿਊ ਕਰ ਰਹੇ ਹਾਂ ਅਤੇ ਜਿਨ੍ਹਾਂ ਬਾਰੇ ਮੈਂ ਦੱਸ ਰਿਹਾ ਸੀ ਸਾਡੇ ਨਾਲ ਬਾਈ ਮਨਦੀਪ ਸਿੰਘ ਜੀ ਅਤੇ ਗੁਹਾਟੀ ਰਹਿੰਦੇ ਨੇ ਵੈਸੇ ਪਟਿਆਲੇ ਤੋਂ ਬਿਲੋਂਗ ਕਰਦੇ ਨੇ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਅਸੀਂ ਪਹਿਲੀ ਵਾਰੀ ਨੌਰਥ ਈਸਟ ਆਏ ਸੀ ਤਾਂ ਇਹਨਾਂ ਦੇ ਘਰ ਅਸੀਂ ਚਾਹ ਪਾਣੀ
ਛੱਕ ਕੇ ਗਏ ਸੀ ਕੱਲ ਫਿਰ ਮੈਂ ਬਾਈ ਹੋਰਾਂ ਨੂੰ ਫੋਨ ਕੀਤਾ ਤੇ ਬਾਈ ਹੋਰੇ ਕਹਿੰਦੇ ਵੀ ਜੀ ਆਇਆਂ ਨੂੰ ਅਸਲ ਦੇ ਵਿੱਚ ਮੈਂ ਆਪਦਾ ਮੋਟਰਸਾਈਕਲ ਇਹਨਾਂ ਦੇ ਘਰ ਖੜਾ ਕੇ ਤੇ 10-12 ਦਿਨਾਂ ਵਾਸਤੇ ਪੰਜਾਬ ਨੂੰ ਚੱਲੇ ਆ ਨਾਰਥ ਈਸਟ ਵਾਲਾ ਟੂਰ ਵਿੱਚ ਵਿਚਾਲੇ ਛੱਡ ਕੇ ਪੰਜਾਬ ਨੂੰ ਚੱਲੇ ਆ ਪਰ ਫੁੱਲ ਸਟਾਪ ਨਹੀਂ ਲਾ ਕੇ ਚੱਲੇ ਕੋਮਾ ਲਾ ਕੇ ਚੱਲੇ ਆ ਕਿਉਂਕਿ ਮਾਮੇ ਦੇ ਮੁੰਡੇ ਦਾ ਵਿਆਹ ਤੇ ਸਕੇ ਮਾਮੇ ਦਾ ਮੁੰਡਾ ਉਹ ਵਿਆਹ ਦੇਖਣਾ ਮੇਰੇ ਵਾਸਤੇ ਬਹੁਤ ਜ਼ਰੂਰੀ ਸੀ ਤੇ ਇਹਨਾਂ ਚੀਜ਼ਾਂ ਕਰਕੇ ਹੀ ਪਹਿਲਾਂ ਮੈਂ ਜਿਹੜਾ ਬਾਹਰ ਦਾ ਪਲਾਨ ਬਣਾਇਆ ਹੋਇਆ ਸੀ ਟੂਰ ਉਹ ਵੀ ਮੈਂ ਕੈਨਸਲ ਕੀਤਾ ਕਿਉਂਕਿ ਫਿਰ ਐਵੇਂ 10-20 ਦਿਨਾਂ ਵਾਸਤੇ ਆਪਾਂ ਬਾਹਰਲੇ ਦੇਸ਼ ਘੁੰਮਣ ਜਾਵਾਂਗੇ ਤੇ ਮੁੜ ਕੇ ਫੇਰ ਆਉਣਾ ਪਊਗਾ ਫਿਰ ਉਹ ਸੈਟਲਮੈਂਟ ਬਹਿਣੀ ਨਹੀਂ ਸੀ ਤੇ ਹੁਣ ਆਪਾਂ ਵਿਆਹ ਦੇਖਣ ਤੋਂ ਬਾਅਦ ਰਿਟਰਨ ਫਲਾਈਟ ਕਰਾ ਲਈ ਆ ਦੁਬਾਰੇ ਆ ਕੇ ਨਾਰਥ ਈਸਟ ਦਾ ਟੂਰ ਸ਼ੁਰੂ ਕਰਾਂਗੇ ਵੀਡੀਓ 'ਚ ਕੋਈ ਗੈਪ ਨਹੀਂ ਪੈਣ ਦਿੰਦੇ ਕਿਉਂਕਿ ਵੀਡੀਓ ਥੋੜ੍ਹੀ ਜਿਹੀ ਐਕਸਟਰਾ ਆਪਣੇ ਕੋਲ ਬਣ ਗਈਆਂ ਨੇ ਵੈਸੇ ਵੀ ਇਸ ਵਾਰ ਆਪਾਂ ਇੱਕ ਦਿਨ ਛੱਡ ਕੇ ਵੀਡੀਓ ਪਾ ਰਹੇ ਹਾਂ ਉਹਦੇ ਨਾਲ ਮੈਨੂੰ ਵੀ ਰੈਸਟ ਮਿਲ ਜਾਂਦੀ ਆ ਨਾਲੇ ਜਿਹੜਾ ਗੈਪ ਆ ਉਹ ਸਾਰਾ ਕਵਰ ਹੋ ਜਾਊਗਾ ਜਦੋਂ ਤੱਕ ਵੀਡੀਓ ਵਗੈਰਾ ਖਤਮ ਹੋਣਗੇ ਉਦੋਂ ਤੱਕ ਆਪਾਂ ਵਾਪਸ ਮੁੜ ਆਵਾਂਗੇ ਤੇ ਦੁਬਾਰੇ ਆਪਦਾ ਜਿਹੜਾ ਟੂਰ ਆ ਉਹ ਕੰਟੀਨਿਊ ਕਰ ਦਾਂਗੇ ਠੀਕ ਹੈ ਬਾਈ ਜੀ ਤੇ ਬਾਈ ਹੋਰਾਂ ਨਾਲ ਵਧੀਆ ਇਹਨਾਂ ਦੇ ਘਰੇ ਅੱਜ ਰਹੇ ਹਾਂ ਤੇ ਮੋਟਰਸਾਈਕਲ ਸਮਾਨ ਸਮੂਨ ਸਾਰਾ ਇਹਨਾਂ ਦੇ ਘਰੇ ਛੱਡ ਕੇ ਚੱਲੇ ਹਾਂ ਤੇ ਵਾਪਸ ਆ ਕੇ ਫਿਰ ਦੁਬਾਰੇ ਆਪਾਂ ਟੂਰ ਕੰਟੀਨਿਊ ਕਰਾਂਗੇ ਤੇ ਹੁਣ ਅਸੀਂ ਬਾਈ ਹੋਰੇ ਸਾਨੂੰ ਏਅਰਪੋਰਟ ਤੇ ਛੱਡਣ ਜਾ ਰਹੇ ਨੇ ਇੱਥੋਂ 2 ਘੰਟੇ ਬਾਅਦ ਮੇਰੀ ਹੁਣ ਫਲਾਈਟ ਆ ਪੰਜਾਬ ਤੋਂ ਸਿੱਧੀ ਅੰਮ੍ਰਿਤਸਰ ਦੀ ਲਓ ਜੀ ਗੁਹਾਟੀ ਦੇ ਏਅਰਪੋਰਟ ਤੇ ਆਪਾਂ ਪਹੁੰਚ ਗਏ ਹਾਂ ਡੋਮੈਸਟਿਕ ਫਲਾਈਟ ਦਾ ਪਤਾ ਕਰੀਏ ਕਿੱਧਰੋਂ ਉੱਡਦੀਆਂ ਨੇ ਨਾਰਥ ਈਸਟ ਦਾ ਸਭ ਤੋਂ ਵੱਡਾ ਇਹ ਏਅਰਪੋਰਟ ਵੀ ਆ ਤੇ ਪੂਰੀ ਰਾਤ ਹੀ ਫਲਾਈਟਾਂ ਚੱਲਦੀਆਂ ਨੇ ਇੱਥੋਂ Thank you.